ਹੈਲੋ, ਕਿੱਦਾਂ ਸਾਰੇ? ਠੀਕ ਹੈ ਜੀ, ਮੈਂ ਵੀ ਵਧੀਆ। ਅੱਜ ਪਰਮਿੰਦਰ ਨਹੀਂ ਹੈਗੇ ਕਿਉਂਕਿ ਪਰਮਿੰਦਰ ਮੇਰੇ ਨਾਲ ਆਏ ਨਹੀਂ। ਅੱਜ ਮੈਂ ਇਕੱਲਾ ਪਿੰਡ, ਕਿਉਂਕਿ ਪਿੰਡ ਵਾਲਿਆਂ ਦੇ ਹੈਗਾ ਸੀ ਪਾਠ, ਸਹਿਜ ਪਾਠ। ਉਹਨਾਂ ਨੇ ਨਿਊ ਜੋ ਘਰ ਆ ਉਹਦੇ ਲਈ ਆ ਵਿਸਾਖੀ ਵਾਲ ਦਿਨ ਰੱਖਿਆ ਸੀਗਾ ਅੱਜ, ਪਰ ਉਹ ਨਹੀਂ ਬਣਾ ਸਕੇ। ਦੇਖਣਾ ਪਊਗਾ ਭੂਆਈ ਰਣਜੋਤ ਸਿੰਘ, ਨਾਨੀ ਪਏ ਆ, ਭੂਆਈ ਬੈਠੇ ਆ ਕਿਉਂਕਿ ਨਹਾਉਣ ਲਈ ਤੇ ਲਾਈਟ ਹੈ ਨਹੀਂ। ਕਿਆ ਡੈਡੀ ਦੇ ਭੂਆ ਜੀ, ਆਹ ਦੂਜੇ ਭੂਆ ਜੀ ਨੇ ਤਾਂ ਚੇਂਜ ਕਰ ਲਏ, ਉੱਦਾਂ ਹੀ ਬਿਨਾਂ ਨਹਾਤੇ ਹੀ ਇੱਦਾਂ ਹੀ ਬੈਠੇ ਆ। ਚਾਚੀ ਬੈਠੇ ਆ, ਆਹ ਦੂਸਰੀ ਆਂਟੀ ਖੜਦੀ ਆ, ਆਹ ਲੱਗਿਆ ਵਾ ਹਲਵਾਈ, ਕਿਉਂਕਿ ਇਹ ਸਬਜ਼ੀਆਂ ਸੁਬਜ਼ੀਆਂ ਹੋਣੀ ਬਣਾਉਣ ਲੱਗੇ ਆ। ਆਹ ਬੈਠਾ ਆਪਣਾ ਸਾਰਾ ਲਾਣਾ ਬਾਣਾ ਪ੍ਰਗਟ ਸਿੰਘ, ਆਹ ਚਾਚਾ ਸਿੰਘ, ਆਹ ਵੀਰ ਜੀ ਆਏ ਹੋਏ ਆ, ਉਹ ਅੱਜ ਕੱਲ੍ਹ ਦੇ ਰਹਿ ਗਏ। ਹੁਣ ਅਸੀਂ ਚੱਲੇ ਹਾਂ ਬਾਬਾ ਜੀ ਦੇ ਮੱਥਾ ਟੇਕਣ, ਵੈਸੇ ਕੱਲ੍ਹ ਵੀ ਟੇਕ ਲਿਆ ਸੀ, ਅੱਜ ਟੇਕ ਲਏ। ਇੱਕ ਆ ਚਾਹ ਵਾਲੇ ਬੰਦੇ ਸੀਗੇ, ਇਹ ਅਲੱਗ ਸੀਗੇ, ਇਹਨਾਂ ਦੀ ਵੀਡੀਓ ਰਹਿ ਗਈ। ਆਹ ਸਾਡਾ ਚਾਹ ਪ੍ਰਧਾਨ ਆ, ਚਾਹ ਵੈਸੇ ਟੇਸਟੀ ਬਣਾਈ, ਬਹੁਤ ਸੋਹਣੀ ਵੀ ਬਹੁਤ। ਆ ਪਵਨਦੀਪ ਕੌਰ ਨੇ ਮਹਿੰਦੀ ਤਾਂ ਲਾ ਲਈ ਆ ਰਾਤ, ਹੁਣ ਇਹ ਨੀ ਪਤਾ ਹੈਗਾ ਕਿ ਇਹਦਾ ਸਕੂਲ ਵਾਲੇ ਕੀ ਦਾ ਯੂਜ਼ ਕਰੇ, ਉਹਨਾਂ ਨੇ ਪਰਸੋਂ ਜਾਣਾ। ਅਮਨ ਰੂਪ ਕੌਰ ਪਤਾ ਨੀ ਕਿਹਨੂੰ ਬਾਏ 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 ਬਾਏ। ਆਹ ਦੇਖੋ ਅੱਜ ਪਾਠ ਵਾਲਾ ਦੇਣ ਤੇ, ਪਰ ਇਹਨਾਂ ਨੂੰ ਫੋਟੋ ਪਈ ਆ ਜਿਹਨਾਂ ਨੇ ਵਿਆਹ ਤੇ ਜਾਣਾ ਹੁੰਦਾ। ਡੈਡੀ ਤੋਂ ਬਾਅਦ ਸਾਨੂੰ ਤਾਂ ਗਾਲਾਂ ਪੈ ਚੁੱਕੀਆਂ ਇੱਕ ਵਾਰੀ ਕਿ ਵਿਹਲੇ ਆ, ਹੁਣ ਮੈਨੂੰ ਲੱਗਦਾ ਇਹਨਾਂ ਨੂੰ ਵੀ ਪੈਣੀਆਂ। ਖਿੱਚ ਅਰਸ਼ ਖਿੱਚ ਕਰਾਂ, ਆਹ ਵਾ ਫੋਟੋਗ੍ਰਾਫਰ, ਆਹ ਨਾਲ ਫੋਟੋਗ੍ਰਾਫਰ ਦੇ ਹੈਲਪਰ ਵੀ ਹੈਗਾ, ਹੈਲਪਰ ਮੂੰਹ ਘੱਟ ਵਿਖਾਉਂਦਾ ਥੋੜ੍ਹਾ ਜਿਹਾ, ਪੱਲਾ ਕਰ ਲਿਆ ਹੈਲਪਰ ਨੇ। ਆਪਣੀ ਆਉਂਦਾ ਲੰਗਰ ਪ੍ਰਸ਼ਾਦ ਚੱਕੀ ਆਉਂਦੀ ਮਨਦੀਪ ਦੀ ਕੁੜੀ ਆ। ਹਾਂ ਕੀ ਆ ਕਦੋਂ ਕਰਦਾ ਹੈ, ਦਾਦੀ ਨੂੰ ਅਸੀਂ ਮਿਲਣਾ ਭੁੱਲ ਗਏ, ਮਤਲਬ ਭੁੱਲੇ ਨੀ, ਦਾਦੀ ਇੱਧਰ ਬੈਠੀ ਸੀ, ਬਾਬੇ ਸੁਣੀ ਜਾਂਦੀ ਸੀ, ਭਾਬੀ ਵੀ ਹੁਣ ਮਿਲ ਰਹੀ ਆ ਤੇ ਮੈਂ ਵੀ ਪਹਿਲਾਂ ਮਿਲ ਕੇ ਹਟੀ ਆ, ਤੇ ਉਹ ਚੱਲੇ ਆ ਗੁਰਦੁਆਰੇ। ਅਰੇ ਨੂਰੀ ਵਿਚਾਰੀ ਇੱਕ ਪਾਸੇ ਬੰਨੀ ਬੈਠੇ ਆ। ਹਾਂ ਹੁਣ ਚੀਜ਼ੀਆਂ ਨੀ ਮਿਲਿਆ ਪੁੱਤ ਨੂੰ, ਚੀਜ਼ੀਆਂ ਹੈ ਕੁਛ ਕੋਰੀਡੋਰ ਕਿਚਨ, ਕਿਚਨ 'ਚ ਹਨੇਰਾ, ਬਲਬ ਆਈ ਥਿੰਕ ਹਲੇ ਲਾਈਟਸ ਔਨ ਨਹੀਂ ਕੀਤੀਆਂ, ਲਾਸਟ 'ਤੇ ਹੋਊਗਾ। ਡਰਾਇੰਗ ਰੂਮ ਇਹਨਾਂ ਨੇ ਕਿੱਦਾਂ ਬਣਾ ਰੱਖਿਆ। ਹਾਂਜੀ ਕਰ ਲੈਂਦੇ ਕੋਈ ਗੱਲ ਨਹੀਂ, ਆਹ ਮੋਮ ਆਉਣੇ ਕਹਿੰਦੀ ਸਫਾਈ ਕਰਨ ਵਾਲੀ ਆ ਕਿਉਂਕਿ ਮੈਂ ਹੁਣੇ ਆਈ ਹਾਂ ਹਲੇ। ਰੂਮ ਚ ਬਾਬਾ ਜੀ ਖਿਲਾਇਆ ਹੋਇਆ, ਇਧਰੋਂ ਵੀ ਆਪਾਂ ਬਾਹਰ ਜਾ ਸਕਦੇ ਹਾਂ, ਪਰ ਇੱਥੇ ਵੀ ਲਾਈਟ ਨਹੀਂ ਹਲੇ ਜਗਾਈ। ਆਹ ਫਰੰਟ ਸਾਈਡ, ਆਹ ਥੋੜ੍ਹਾ ਇਹਨਾਂ ਨੇ ਕੀਤਾ ਵਾ ਕਿ ਡਾਊਨ ਸੀਲਿੰਗ, ਔਰ ਇੱਥੇ ਜਿਹੜਾ ਫਰਸ਼ ਆ ਉਹ ਵੀ ਚੇਂਜ ਕਰਤਾ ਕਿਉਂਕਿ ਇਹ ਬਾਹਰ ਰੱਖਣਾ ਵਾ ਜੇ ਕੱਲ੍ਹ ਨੂੰ ਕੋਈ ਚੀਜ਼ ਖੜੀ ਕਰਨੀ ਆ ਜਾਂ ਕੁਛ ਵੀ ਇੱਦਾਂ ਦਾ। ਆਹ ਡੋਰ ਲਾਇਆ, ਅੱਛਾ ਵਾ ਡਿਜ਼ਾਈਨ, ਮੈਨੂੰ ਵੀ ਅੱਛਾ ਲੱਗਿਆ। ਇੱਧਰ ਹਲਵਾਈ ਪਾਇਆ, ਆ ਹਲਵਾਈ ਪਾਇਆ, ਹਾਂਜੀ ਚੀਰੀ ਜਾਂਦੇ ਆ। ਸਾਡੇ
ਵੀਡੀਓ ਬਣੀ ਜਾਂਦੀ ਆ ਵੀਡੀਓ ਬਣਾਉਂਦੇ ਪਏ ਆ ਆ ਦੀਦੀ ਜੀ ਬੈਠੇ ਆ ਕਾਕਾ ਫਿਰਦਾ ਵਾ ਆ ਭਾਬੀ ਜੀ ਖੜੇ ਆ ਆ ਦੀਦੀ ਜੀ ਬੈਠੇ ਆ ਉਹ ਮਨੂ प्रगट पाई जांदा ब्याला ओ मन पीता चाचा बोली आ देखो मनरूप कौर दा गिद्दा इनू अड चा चढ़िया पिया लेट जागदी आ पहला पाओ गिद्दा पाओ मनरूप गिद्दा किदा पाने गिद्दा पुत आए पाने किदा ब्याह तरिया हां जी किदा ब्याह तरिया जिदे लई गिद्दा पाई जाने आ चक आ देखो कंटिन्यूस ली किदा हां हां तेज हो गया हुण तेज हो गया क्योंकि वीडियो बनती पई ने हल बोली कौन पाउंदा हां अच्छी आपे पा लेने बोली भी है ना भी भाभी रह गई वीडियो कोल्ड ड्रिंक पी जानी अंदर नेरा बहुत आ ता करके कुछ देख नहीं रहे अंदर लॉक भी रही है मैं दिखना नहीं चाहिए मैं तो जा सकती हां बाबे गुरद्वारा साहब छड़न चले क्योंकि भूखा पै चुके मैं ज्यादा उच्ची नहीं बोल रहा नहीं तो रहा आप गुरद्वारा साहब आ गए तो जरा गुरद्वारा साहब का डिस्टेंस है वह बहुत थोड़ा वा सो तां करके ज्यादातर जो सवारी लैके आते बाबा जी तो पिंड से तुर के ही लैके आते तो यह अपने पिंड का गुरद्वारा साहब पातशाही छेवीं और इन आप बाबे शहीद भी कहते हैं पर हम ये नाम थोड़ा चेंज करके कितने छेवें पातशाही आए थे लिखता गुरद्वारा एक निशानी है मतलब इतने जिदा दो निशान साहब लाए पहला एक ही होंगे सी आ वाला फिर आ वाला निशान साहब जी जो नाम चेंज होया नाम चेंज मतलब कि रखा गया चरण छो प्राप्त पातशाही छेवीं श्री गुरु हरगोबिंद सिंह जी थोड़ा अंदर काफ़ी ज़्यादा है मतलब कि ये कंस्ट्रक्शन वर्क चल रहा है सो उस बाद वीडियो नहीं बने बहुत अच्छा बनाया अरे
नाम वाहे गुरु सत नाम वाहे गुरु सत नाम वाहे गुरु सत नाम वाहे गुरु नाम वाहे गुरु सत नाम गुरु नाम वाहे गुरु सत नाम वाहे गुरु सा श्री अकाल वाहे गुरु जी का खालसा वाहे गुरु जी की फतेह।